ਲੁਧਿਆਣਾ ਵਿਊ ਟੀਮ ਵੱਲੋਂ ਲੋਕ ਸਭਾ ਚੋਣਾਂ 2019 ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਸੂਬੇ ਵਿੱਚ ਤੀਜੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੇ ਬਹੁਤ ਬਹੁਤ ਵਧਾਈ। ਲੁਧਿਆਣਾ ਵਿਊ ਉਮੀਦ ਕਰਦਾ ਹੈ ਕਿ ਨਵੇਂ MP ਰਵਨੀਤ ਸਿੰਘ ਬਿੱਟੂ ਸੂਬੇ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਛੇਤੀ ਤੋਂ ਛੇਤੀ ਪੂਰਾ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ। ਕੁਝ ਵੱਡੇ ਕੰਮ ਜੋ ਰੁਕੇ ਹੋਏ ਹਨ ਅਤੇ ਜਿਨ੍ਹਾਂ ਦੇ ਪੂਰਾ ਹੋਣ ਦੀ ਉਮੀਦ ਹਰ ਲੁਧਿਆਣਵੀ ਕਰ ਰਿਹਾ ਹੈ, ਉਹ ਹੈ ਜਗਰਾਓ ਪੁਲ ਦੇ ਪੂਰਾ ਹੋਣ ਦਾ, ਜੋ ਪਿਛਲੇ ਕਾਫੀ ਸਾਲਾਂ ਤੋਂ ਲਟਕਿਆ ਹੋਇਆ ਹੈ। ਬੁੱਢੇ ਨਾਲੇ ਦਾ ਕੰਮ ਲੰਬੇ ਸਮੇਂ ਤੋਂ ਸ਼ੁਰੂ ਤਾਂ ਹੋਇਆ ਪਰ ਅੱਧ ਵਿਚਾਲੇ ਲਟਕਦਾ ਹੀ ਆ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸ਼ਹਿਰ ਦੀ ਸਫਾਈ, ਸੜਕਾਂ ਅਤੇ ਬਾਰਿਸ਼ਾਂ 'ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ MP ਰਵਨੀਤ ਸਿੰਘ ਬਿੱਟੂ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਨਜ਼ਾਰਾ ਤਾਂ ਆਉਂਦਾ ਜੇ ਸਰਕਾਰ ਬਣਦੀ, ਪਰ ਉਹ ਸਰਕਾਰ ਫੇਰ ਰਹਿ ਗਈ ਬਣਨੋਂ। ਜਿਹੜੇ ਵਾਅਦੇ ਸੀ ਹੁਣ ਉਹ ਧਰਨੇ ਮਜ਼ਾਰੇ ਲਾ ਕੇ ਹੁਣ ਉਹ ਜ਼ਬਰਦਸਤੀ ਮੋਦੀ ਸਾਹਿਬ ਦੇ ਰੋਜ਼ ਦਫ਼ਤਰਾਂ 'ਚ ਗੇੜੇ, ਚਾਹੇ ਹੁਣ ਮੈਨੂੰ ਬੁੱਢੇ ਨਾਲੇ ਦਰਿਆ ਖਾਤਰ, ਚਾਹੇ ਮੈਨੂੰ ਇੰਡਸਟਰੀ ਦੇ ਖਾਤਰ ਪਾਰਲੀਮੈਂਟ 'ਚ, ਚਾਹੇ ਮੋਦੀ ਸਾਹਿਬ ਦੇ ਮੂਹਰੇ ਧਰਨੇ ਮਜ਼ਾਰੇ ਲਾਉਣੇ ਪੈਣ, ਪਰ ਹੁਣ ਜਿਹੜਾ ਹਰ ਹਾਲ ਜਿਹੜਾ ਲੁਧਿਆਣੇ ਦੇ ਸੁਪਨੇ ਲੋਕਾਂ ਨੇ ਸਜੋਏ ਹੋਏ ਉਹ ਪੂਰੇ ਕਰਾਂਗੇ, ਚਾਹੇ ਮੋਦੀ ਜੀ ਦੀ ਮਿਹਨਤ ਕਰਕੇ ਕਰੀਏ। ਜੇ ਨਹੀਂ ਮੰਨਣਗੇ ਫਿਰ ਜ਼ਬਰਦਸਤੀ ਆ ਕੇ ਵੀ ਮੋਦੀ ਸਾਹਿਬ ਤੋਂ। ਦੇਖੋ, ਸਭ ਤੋਂ ਪਹਿਲਾਂ ਤਾਂ ਮੇਰਾ ਇਸ ਵਾਰ ਦਾ ਮਿਸ਼ਨ ਬੁੱਢਾ ਨਾਲਾ ਹੈ, ਜਿਹੜਾ ਬੁੱਢਾ ਦਰਿਆ ਦੁਆਰਾ ਬਣਾਉਣਾ, ਚਾਹੇ ਮੈਨੂੰ ਕੁਛ ਕਰਨਾ ਪਵੇ। ਲੋਕਾਂ ਨੂੰ ਐਡਾ ਵੱਧ ਵਿਸ਼ਵਾਸ ਲੋਕ ਦੇ ਨਹੀਂ ਸਕਦੇ, ਮੈਂ ਤਾਂ ਰਿਣੀ ਹਾਂ। ਅੱਜ ਮੈਂ ਲੋਕਾਂ ਦੀ ਹਮੇਸ਼ਾ ਕਹਿੰਦਾ ਹੁੰਦਾ ਵੀ ਸਿਰ ਦੇ ਮੈਂ ਆਪਣੇ ਚਰਨਾਂ ਨੂੰ ਇਹਨਾਂ ਦੀ ਮਿੱਟੀ ਦੀ ਧੂੜਾ ਸਦਾ ਲਾਉਣਾ ਹੈ, ਅਤੇ ਅੱਜ ਮੈਂ ਸਮਝਦਾ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਗਏ ਵੀ ਮੈਂ ਕਿਵੇਂ ਇਹਨਾਂ ਦਾ ਧੰਨਵਾਦ ਕਰਾਂ ਲੁਧਿਆਣੇ ਵਾਲੇ ਦਾ। ਮਿੱਟੀ ਤਾਂ ਛੋਟੀ ਆ, ਮੇਰਾ ਜੀ ਕਰਦਾ ਵੀ ਮੈਂ ਆਪਣਾ ਸਿਰ ਹਮੇਸ਼ਾ ਇਹਨਾਂ ਦੇ ਕਦਮਾਂ ਦੇ ਵਿੱਚ ਵਿਛਾ ਕੇ ਰੱਖਾਂ, ਅਤੇ ਮੇਰੇ ਸਿਰ ਦੇ ਉੱਤੇ 'ਚ ਵੀ ਲੁਧਿਆਣੇ ਵਾਲੇ ਨਿੰਘ ਜਾਣ, ਉਹ ਵੀ ਛੋਟੀ ਗੱਲ ਆ ਜੋ ਕਰਜ਼ਾ ਮੇਰੇ 'ਤੇ ਚਾੜਿਆ। ਮੈਂ ਇੱਕ ਆਮ ਆਦਮੀ ਹਾਂ, ਮੇਰੇ ਕੋਲ ਕੋਈ ਪੈਸਾ ਨਹੀਂ, ਮੇਰੇ ਕੋਲ ਕੋਈ ਤਾਕਤ ਨਹੀਂ, ਮੈਨੂੰ ਫਿਰ ਵੀ ਲੋਕਾਂ ਨੇ ਜਿਤਾਇਆ। ਮੇਰੇ ਕੋਲ ਕੋਈ ਫੈਕਟਰੀਆਂ ਨਹੀਂ ਚੱਲਦੀਆਂ, ਮੇਰੇ ਕੋਲ ਕੋਈ ਵੀ ਐਸੀ ਤਾਕਤ ਨਹੀਂ, ਪਰ ਇਹ ਲੋਕਾਂ ਦੀ ਤਾਕਤ ਆ।